ਪੰਜਾਬੀ ਸਿੰਗਰ ਕੈਨੇਡਾ ਦੇ ਵਿੱਚੋਂ ਸ਼ੁਭ ਸੀਗੇ ਉਹਨਾਂ ਦਾ ਵੀ ਵਿਵਾਦ ਸਾਹਮਣੇ ਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਕੰਟਰੋਵਰਸੀ ਸ਼ੁਭ ਨੂੰ ਲੈ ਕੇ ਸਿੰਗਰ ਸ਼ੁਭ ਨੂੰ ਲੈ ਕੇ ਖੜੀ ਹੋਈ ਸੀ ਹੁਣ ਲੰਡਨ ਦੇ ਤੁਹਾਡੇ ਲੰਡਨ ਦੇ ਵਿੱਚ ਉਹਨਾਂ ਦੇ ਸਾਰੇ ਪ੍ਰੋਗਰਾਮਸ ਸੋਲਡ ਆਊਟ ਹੋ ਗਏ ਨੇ ਕੀ ਕਹੋਗੇ ਇਸ ਬਾਰੇ ਹਾਂਜੀ ਬਿਲਕੁਲ ਬਿਲਕੁਲ ਮੈਂ ਨਾ ਅਕਸਰ ਇੱਕ ਗੱਲ ਕਰਦਾ ਹੁੰਦਾ ਕਿ ਜਿਹੜਾ ਤਾਂ ਪੰਜਾਬ ਦੇ ਵਿੱਚ ਚਿੱਟਾ ਪੀ ਕੇ ਦਿਨ ਦਿਹਾੜੇ ਮਰ ਜਾਵੇ ਜਿਹੜਾ ਗੋਲੀਆਂ ਦੇ ਨਾਲ ਗੈਂਗਸਟਰ ਪੁਨੇ ਦੇ ਵਿੱਚ ਬਦਲਾ ਲੈਂਦਿਆਂ ਮਰ ਜਾਵੇ ਜਾਂ ਬਦਲਾ ਦਿੰਦਿਆਂ ਮਰ ਜਾਵੇ ਜਾਂ ਫਿਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਵੇ ਜਾਂ ਫਿਰ ਕੋਈ ਹੋਰ ਕਾਰਨ ਕਿਸਾਨ ਖੁਦਕੁਸ਼ੀ ਕਰ ਲਵੇ ਤਾਂ ਕਿਸੇ ਵੀ ਭਾਰਤ ਦੀ ਹੋਰ ਸਟੇਟ ਦੇ ਲੋਕ ਉਹਦੇ ਉੱਤੇ ਰਿਐਕਸ਼ਨ ਨਹੀਂ ਕਰਦੇ ਕਿ ਬੜੀ ਦੁੱਖ ਦੀ ਗੱਲ ਹੈ ਸਾਨੂੰ ਬਹੁਤ ਦੁੱਖ ਹੋਇਆ ਪੰਜਾਬ ਤੇ ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਵਿੱਚ ਇਹ ਪੁੱਤ ਨਸ਼ੇ ਨਾਲ ਕਿਉਂ ਮਰ ਰਹੇ ਨੇ ਸਰਕਾਰ ਨੂੰ ਰੋਕਣਾ ਚਾਹੀਦਾ ਹੈ ਸਰਕਾਰ ਦੀ ਮਾੜੀ ਨੀਤੀ ਹੈ ਕਦੇ ਵੀ ਉਹਦੇ ਉੱਤੇ ਤੁਸੀਂ ਦੇਖੋ ਵੀ ਕਿਸੇ ਸਟੇਟ ਦੇ ਕਿਸੇ ਸੋਸ਼ਲ ਮੀਡੀਆ ਹੈਂਡਲ ਕਰਨ ਵਾਲੇ ਜਿਹੜੇ ਲੋਕ ਨੇ ਜੋ ਹੁਣ ਸ਼ੁਭ ਖਿਲਾਫ ਜ਼ਹਿਰ ਉਬਲ ਰਹੇ ਆ ਮੈਂ ਉਹਨਾਂ ਦੀ ਗੱਲ ਕਰਦਾ ਆ ਉਹ ਹੋ ਗਏ ਜਾਂ ਫਿਰ ਜਿਹੜੇ ਰਾਸ਼ਟਰਵਾਦੀ ਲੋਕ ਹੋ ਗਏ ਜਿਹੜੇ ਕਹਿੰਦੇ ਕਿ ਲਓ ਜੀ ਅਸੀਂ ਅਸੀਂ ਆ ਤੇ ਅਸੀਂ ਆ ਆ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਸੋ ਉਹ ਕਦੇ ਵੀ ਦੁੱਖ ਦਾ ਪ੍ਰਗਟਾਵਾ ਨਹੀਂ ਕਰਦੇ ਪੰਜਾਬ ਵਾਸਤੇ ਪੰਜਾਬ ਚਾਹੇ ਜਿੰਨੀ ਮਰਜ਼ੀ ਤਰਾਸਦੀ ਦੇ ਵਿੱਚੋਂ ਲੰਘਦਾ ਹੋਵੇ ਪਰ ਇਹ ਉਸ ਵੇਲੇ ਲੋਕ ਐਕਟਿਵ ਹੋ ਜਾਂਦੇ ਆ ਜਦੋਂ ਕੋਈ ਪੰਜਾਬ ਦਾ ਪੁੱਤ ਅ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਪਛਾਣ ਬਣਾ ਲੈਂਦਾ ਹੁਣ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਇੱਕ 28 ਸਾਲ ਦਾ ਬੱਚਾ ਸੀ ਬੱਚਾ ਹੁੰਦਾ 28 ਸਾਲ ਦਾ ਏਡੀ ਜਿਆਦਾ ਕੋਈ ਜਾਣਕਾਰੀ ਨਹੀਂ ਹੁੰਦੀ ਉਹਦੇ ਵਿੱਚ ਇਹ ਵੱਖਰੀ ਗੱਲ ਹੈ ਕਿ ਉਹ ਉਹਦੇ ਵਿੱਚ ਕਲਾ ਬਹੁਤ ਸੀ ਲਿਖਣ ਦੀ ਗਾਉਣ ਦੀ ਜਿਨੇ ਪੂਰੀ ਦੁਨੀਆ ਨੂੰ ਮੋੜ ਲਿਆ ਉਹ ਗੱਲ ਵੱਖਰੀ ਹੈ ਪਰ ਤੁਸੀਂ ਦੇਖੋ ਵੀ ਉਹਦੀ ਮੌਤ ਤੋਂ ਬਾਅਦ ਵੀ ਉਹਦੇ ਉੱਤੇ ਕਿੱਦਾਂ ਦੇ ਬਲੇਮ ਲਾਏ ਗਏ ਉਹਨੂੰ ਟੈਰਰਿਸਟ ਤੱਕ ਕਹਿ ਦਿੱਤਾ ਗਿਆ ਕੀ ਇੱਕ ਗਾਉਣ ਵਾਲਾ ਟੈਰਰਿਸਟ ਉਹਦੇ ਜੇਕਰ ਗਾਣੇ ਉਹਦੇ ਅਣਖੀ ਅਣਖੀ ਸਿਗੇ ਅਣਖੀਲੇ ਸਿਗੇ ਤਾਂ ਇਹਦਾ ਮਤਲਬ ਟੈਰਸ ਹੋ ਗਿਆ ਮਤਲਬ ਕਹਿਣ ਦਾ ਵੀ ਜਦੋਂ ਕੋਈ ਪੰਜਾਬ ਦਾ ਪੁੱਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਪੱਗ ਨੂੰ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਏਗਾ ਤਾਂ ਇਹਨਾਂ ਰਾਸ਼ਟਰਵਾਦੀਆਂ ਦੇ ਜਿਹੜੀ ਦਰਦ ਹੈ ਉਹ ਸ਼ੁਰੂ ਹੋਣ ਲੱਗ ਪੈਂਦੀ ਹੁਣ ਗੱਲ ਸਿੱਧੂ ਮੂਸੇਵਾਲੇ ਤੋਂ ਬਾਅਦ ਏਪੀ ਢਿੱਲੋਂ ਦੀ ਕਰ ਲੋ ਏਪੀ ਢਿੱਲੋਂ ਦੇ ਉੱਤੇ ਐਮਾਜ਼ਾਨ ਨੇ ਡਾਕੂਮੈਂਟਰੀ ਬਣਾ ਦਿੱਤੀ ਹੈ ਮੈਨੂੰ ਲੱਗਦਾ ਕਿ ਪੰਜਾਬ ਦਾ ਹੀ ਨਹੀਂ ਇੰਡੀਅਨ ਪਹਿਲਾ ਆਰਟਿਸਟ ਹੋਊਗਾ ਜਿਹਦੇ ਉੱਤੇ ਐਮਾਜ਼ਾਨ ਜਿਹੜਾ ਇਹ ਇੱਕ ਡਾਕੂਮੈਂਟਰੀ ਬਣਾ ਰਿਆ ਉਹ ਬਣਾ ਦਿੱਤੀ ਉਹ ਉਹਦੀ ਪੇਸ਼ਕਾਰੀ ਵੀ ਹੋ ਗਈ ਤੁਸੀਂ Amazon ਤੇ ਦੇਖ ਵੀ ਸਕਦੇ ਹੋ ਉਹਦੀ ਲਾਂਚਿੰਗ ਹੁੰਦੀ ਹੈ ਉਹਦੇ ਵਿੱਚ ਬਾਲੀਵੁੱਡ ਦੇ ਸਾਰੇ ਸਟਾਰ ਪਹੁੰਚਦੇ ਨੇ ਸਲਮਾਨ ਖਾਨ ਦੂਸਰੇ ਤੀਸਰੇ ਉਹ ਸਾਰੇ ਪਹੁੰਚਦੇ ਨੇ ਲਾਂਚਿੰਗ ਜਦੋਂ ਹੁੰਦੀ ਹੈ AP ਢਿੱਲੋ ਉੱਥੇ ਸੀ ਸੋ ਉਹ ਹੋਇਆ ਕਿ ਉਹਦੇ ਨਾਲ ਵਿਵਾਦ ਕੀ ਜੋੜ ਦਿੱਤਾ ਗਿਆ ਕਿ ਉਹਦੇ ਬੂਟ ਜਿਹੜੇ ਉਹਨੇ ਪਾਏ ਸੀ ਕਹਿੰਦੇ ਜੀ ਉਹਦੇ ਬੂਟਾਂ ਦੀ ਉਹਨੇ ਜਦੋਂ ਫੋਟੋ ਪਾਈ ਹੈ ਤੇ ਉਹ ਲੱਗਦਾ ਸੀ ਤਿਰੰਗੇ ਦੇ ਕਲਰ ਦੇ ਨੇ ਹੁਣ ਦੇਖੋ ਜਦੋਂ ਆਪਾਂ ਬਹਾਨਾ ਲੱਭਣਾ ਹੋਵੇ ਕਿਸੇ ਨੂੰ ਟਾਰਗੇਟ ਕਰਨ ਦਾ ਫਿਰ ਆਪਾਂ ਨਿੱਕੇ ਨਿੱਕੇ ਇਹ ਗੱਲਾਂ ਲੱਭ ਲੈਣੇ ਉਨੂੰ ਉਹਨੂੰ ਟਾਰਗੇਟ ਕਰ ਦਿੱਤਾ ਮੈਂ ਜਿਵੇਂ ਤੁਹਾਨੂੰ ਦੱਸਿਆ ਪਹਿਲਾ ਨੰਬਰ ਸਿੱਧੂ ਮੂਸੇਵਾਲ ਦਾ ਦੂਜਾ ਏਪੀ ਢਿੱਲੋਂ ਦਾ ਹੁਣ ਤੀਸਰਾ ਸੀ ਸ਼ੁਭ ਸ਼ੁਭ ਦੀ ਫੈਨ ਫਾਲੋਇੰਗ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਆ ਜਿਵੇਂ ਏਪੀ ਢਿੱਲੋਂ ਤੇ ਸਿੱਧੂ ਮੂਸੇਵਾਲੇ ਦੀ ਹੈ ਤੇ ਉਹ ਮੁੰਡਾ 22 ਸਾਲ ਦਾ ਸਾਰਾ ਉਹਨੇ ਮਿਹਨਤ ਕੀਤੀ ਕੈਨੇਡਾ ਗਿਆ ਉਹਦੇ ਰੈਪ ਰੂਪ ਚੱਲ ਗਏ ਤੇ ਅੱਜ ਉਹਨੂੰ ਦੁਨੀਆ ਜਾਣਦੀ ਪਈ ਹੈ ਕ੍ਰੇਜ਼ੀ ਹੋਏ ਫਿਰਦੇ ਨੇ ਗੱਲ ਕੀ ਹੈ ਕਿ ਉਹਦੇ ਸਿਰ ਤੇ ਪੱਗ ਹੈ ਹੁਣ ਇਹ ਵੀ ਨਹੀਂ ਪਚਦਾ ਇਹ ਵੀ ਡਾਈਜੈਸਟ ਨਹੀਂ ਹੁੰਦਾ ਕਿ ਪੰਜਾਬ ਦਾ ਪੁੱਤ ਹੈ ਇਹਨੇ ਤਾਂ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰਨਾ ਹੈ ਸੋ ਉਹਦੇ ਖਿਲਾਫ ਵੀ ਕੰਟਰੋਵਰਸੀ ਸ਼ੁਰੂ ਹੋ ਗਈ ਜਿਹੜੀ ਉਹਦੀ ਪੋਸਟ ਇੰਸਟਾਗ੍ਰam ਸਟੋਰੀ ਛੇੜ ਕੇ ਦਿਖਾ ਕੇ ਅੱਜ ਐਡਾ ਉਹਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ ਉਹ ਮਾਰਚ ਦੀ ਐ ਮਾਰਚ ਦੇ ਵਿੱਚ ਪਾਈ ਸੀ ਉਹਨੇ ਸਮਝਦੇ ਹੋ ਤੁਸੀਂ ਜਦੋਂ ਪੰਜਾਬ ਦੇ ਵਿੱਚ ਬਲੈਕਆਊਟ ਹੋਇਆ ਹੋਇਆ ਸੀ ਇੰਟਰਨੈਟ ਵਗੈਰਾ ਬੰਦ ਕੀਤਾ ਸੀ ਪੁਲਿਸ ਦੀਆਂ ਪੁਲਿਸ ਮਾਰਚ ਹੋ ਰਹੇ ਸੀ ਪੂਰੇ ਪੰਜਾਬ ਦੇ ਵਿੱਚ ਲੋਕ ਸਹਿਮ ਦੇ ਵਿੱਚ ਸੀ ਤਾਂ ਉਸ ਵੇਲੇ ਸ਼ੋਭ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਲਿਖਿਆ ਪ੍ਰੇ ਫੋਰ ਪੰਜਾਬ ਇਹਦੇ ਵਿੱਚ ਕੀ ਮਾੜਾ ਕਰ ਦਿੱਤਾ ਉਹ ਉਹ ਜਿਹੜਾ ਇੱਕ ਇੰਡੀਅਨ ਇੰਡੀਆ ਦਾ ਪੂਰਾ ਨਕਸ਼ਾ ਦਿਖਾਇਆ ਗਿਆ ਸੀ ਉਹਦੇ ਵਿੱਚ ਰੈੱਡ ਕੀਤਾ ਗਿਆ ਪੰਜਾਬ ਨੂੰ ਕਿ ਇਸ ਜਗ੍ਹਾ ਨੂੰ ਮੈਂ ਇਸ ਜਗ੍ਹਾ ਬਾਰੇ ਮੈਂ ਕਹਿ ਰਿਹਾ ਕਿ ਇਹ ਹੁਣ ਇਸ ਵळे ਮਾੜੇ ਹਾਲਾਤਾਂ ਦੇ ਵਿੱਚ ਹੈ ਆਪਣੀ ਸਟੇਟ ਲਈ ਆਪਣੀ ਜਨਮ ਭੂਮੀ ਲਈ ਬੋਲਣਾ ਉਹ ਉਹਦੇ ਵਿੱਚ ਮਾੜੀ ਹੈ ਹੁਣ ਆਪਾਂ ਤੇ ਇੱਥੇ ਤਿਰੰਗੇ ਤੱਕ ਦੇ ਲਈ ਏਪੀ ਢਿੱਲੋਂ ਨੂੰ ਗਾਲਾਂ ਕੱਢ ਦਿੰਨੇ ਆ ਕਿ ਉਹਨੇ ਭਾਈ ਉਹਦੇ ਬੂਟਾਂ ਤੇ ਤਿਰੰਗਾ ਇਹ ਇਹ ਵੀ ਤਾਂ ਇੱਕ ਦੇਸ਼ ਵਾਸਤੇ ਰਾਸ਼ਟਰਵਾਦ ਵਾਸਤੇ ਸਾਡੀ ਸਨਮਾਨ ਹੈ ਨਾ ਜੇ ਅਸੀਂ ਭਾਰਤ ਵਾਸਤੇ ਜਾ ਉਹ ਤਰੰਗੇ ਵਾਸਤੇ ਇਹ ਨਾ ਕਰਦੇ ਆਂ ਕਿ ਜੇ ਸ਼ੋਭ ਨੇ ਆਪਣੇ ਇੱਕ ਪੋਸਟ ਪਾ ਦਿੱਤੀ ਕਿ ਭਾਈ ਪ੍ਰੇ ਫੋਰ ਪੰਜਾਬ ਤਾਂ ਉਹਦੇ ਵਿੱਚ ਉਹਨੇ ਕੀ ਮਾੜਾ ਕਰ ਦਿੱਤਾ ਆਪਣੀ ਧਰਤੀ ਲਈ ਬੋਲਣਾ ਕੋ ਗੁਨਾਹ ਹੋ ਗਿਆ ਪੰਜਾਬ ਲਈ ਬੋਲਣਾ ਗੁਨਾਹ ਹੋ ਗਿਆ ਅੱਜ ਜੇ ਉਹ ਪੰਜਾਬ ਦੇ ਜੰਮੇ ਜਾਏ ਜੇ ਅੱਜ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਨਾਮ ਰੋਸ਼ਨ ਕਰ ਰਹੇ ਨੇ ਤੇ ਜੇ ਉਹ ਪੰਜਾਬ ਲਈ ਬੋਲਦੇ ਨੇ ਭਾਈ ਇਹ ਤਾਂ ਟੈਰਰਿਸਟ ਹੋ ਗਿਆ ਸੋ ਮਤਲਬ ਕਹਿਣ ਦਾ ਭਈ ਉਹ ਲੋਕ ਕਹਿੰਦੇ ਨੇ ਰਾਸ਼ਟਰਵਾਦੀ ਜਿਹੜੇ ਜਿਹੜੇ ਪੰਜਾਬ ਨੂੰ ਪਸੰਦ ਐਂਟੀ ਪੰਜਾਬ ਮੈਂ ਕਹੂੰਗਾ ਉਹ ਲੋਕ ਕਹਿੰਦੇ ਨੇ ਕਿ ਭਾਈ ਕੋਈ ਪੰਜਾਬ ਵਾਸਤੇ ਨਾ ਬੋਲੋ ਇਹ ਜਿਹੜਾ ਪੰਜਾਬ ਪੱਖੀ ਜਿਹੜਾ ਹੈਗਾ ਉਹ ਕਦੇ ਵੀ ਕੋਈ ਗੱਲ ਨਾ ਕਰੋ ਜੇ ਸਾਡੇ ਪੱਖ ਚ ਆਉਣਾ ਤਾਂ ਜਰੂਰ ਆਜੋ ਮੈਂ ਤਾਂ ਇਥੋਂ ਤੱਕ ਵੀ ਇੱਕ ਬੀਬੀ ਜਿਹੜੀ ਆ ਉਹਨੇ ਡਾਕੂਮੈਂਟਰੀ ਜੀ ਬਣਾਈ ਇਹ ਵੀ ਕਹਿੰਦੇ ਸੁਣਿਆ ਕਿ ਕਹਿੰਦੀ ਅਗਰ ਇਹ ਸਿੰਗਰ ਪੰਜਾਬ ਕੇ ਚਾਹੇ ਨਾ ਕਿ ਪੂਰੇ ਪੰਜਾਬ ਕੇ ਲੋਕੋ ਮੇਂ ਰਾਸ਼ਟਰਵਾਦ ਜਿਹੜਾ ਹੈ ਭਰ ਆ ਜਾਏ ਤਾਂ ਇਹ ਇੱਕ ਪੋਸਟ ਡਾਲੇ ਤਾਂ ਉਹਨਮੇਂ ਰਾਸ਼ਟਰਵਾਦ ਭਰ ਜਾਏਗਾ ਉਹ ਉਹ 15 ਅਗਸਤ 26 ਜਨਵਰੀ ਹਿੰਦੁਸਤਾਨ ਜ਼ਿੰਦਾਬਾਦ ਤਿਰੰਗਾ ਜ਼ਿੰਦਾਬਾਦ ਜਨਗਨਮਨ ਇਹ ਸਾਰਾ ਕਰਨੇ ਲੱਗ ਜਾਣਗੇ ਕਹਿੰਦੀ ਅਗਰ ਪਰ ਇਹ ਕਰਤੇ ਨਹੀਂ ਕਹਿੰਦੀ ਆਪ ਇਹ ਦੇਖੀਏ ਕਿ ਨਾ ਦਿਲਜੀਤ ਦੋਸਾਨ 26 ਜਨਵਰੀ 15 ਅਗਸਤ ਪਰ ਕੋਈ ਪੋਸਟ ਡਾਲਦਾ ਨਾ ਕੋਈ ਏਪੀ ਡੈਲੋ ਨਾ ਸਿੱਧੂ ਮੂਸੇਵਾਲਾ ਮਤਲਬ ਉਹਨਾਂ ਨੂੰ ਇਹ ਵੀ ਤੰਗੀ ਹੈ ਕਿ ਇਹ ਸਾਡੀ ਪੋਸਟ ਕਿਉਂ ਨਹੀਂ ਪਾਉਂਦੇ ਹੁਣ ਇਹ ਵੀ ਆਜ਼ਾਦੀ ਜਿਹੜੀ ਆ ਖਤਮ ਕੀਤੀ ਜਾ ਰਹੀ ਹੈ ਹੁਣ ਸਾਡੀ ਧਰਤੀ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਤੇ ਜਾਂ ਸਿੱਖ ਹੈ ਜੇ ਉਹ ਪੰਜਾਬ ਦਾ ਜੰਮਿਆ ਤੇ ਸਾਨੂੰ ਬਾਣ ਹੋਣਾ ਚਾਹੀਦਾ ਪੰਜਾਬ ਤੇ ਮਹਾਰਾਸ਼ਟਰ ਵਾਲੇ ਮਰਾਠੇ ਮਾਨ ਨਹੀਂ ਕਰਦੇ ਉਹਦੇ ਉੱਤੇ ਉਹਨਾਂ ਨੇ ਤਾਂ ਭਈਆਂ ਦੇ ਚਪੇੜਾ ਮਾਰ ਕੇ ਉਹਨਾਂ ਨੂੰ ਕੱਢਿਆ ਕਿ ਸਾਡ ਪਹਿਲ ਜਿਹੜੀ ਹੈ ਮਰਾਠਿਆਂ ਨੂੰ ਹੋਊਗੀ ਮਹਾਰਾਸ਼ਟਰ ਦੇ ਵਿੱਚ ਇਹ ਇਹ ਗੱਲ ਤੁਹਾਨੂੰ ਵੀ ਪਤਾ ਹੋਣੀ ਹੈ ਹਰਿਆਣਾ ਵਾਲੇ ਮਾਨ ਨਹੀਂ ਕਰਦੇ ਕਿ ਆਈ ਲਵ ਹਰਿਆਣਾ ਉਹ ਕਹਿੰਦੇ ਅਸੀਂ ਹਰਿਆਣੇ ਨੂੰ ਪਿਆਰ ਕਰਦੇ ਆ ਸਾਡਾ ਹਰਿਆਣਾ ਸਾਡੀ ਧਰਤੀ ਹੈ ਉਹ ਨਹੀਂ ਕਰਦੇ ਹਰ ਇੱਕ ਸਟੇਟ ਜੇਕਰ ਮਾਨ ਕਰ ਸਕਦੀ ਹੈ ਤਾਂ ਪੰਜਾਬੀ ਜਦੋਂ ਕਰਦੇ ਨੇ ਲਓ ਭਈ ਤੁਸੀਂ ਦਾ ਦੇਸ਼ ਤਰ ਹੋਈ ਹਾਲਾਂਕਿ ਜੇਕਰ ਉਹ ਕੋਈ ਐਂਟੀ ਇੰਡੀਆ ਪੋਸਟ ਪਾਉਂਦੇ ਨੇ ਫਿਰ ਤਾਂ ਕਹਿ ਲਓ ਫਿਰ ਤਾਂ ਉਹਨਾਂ ਨੂੰ ਕਿਹਾ ਜਾ ਸਕਦਾ ਪਰ ਇਹ ਐਂਟੀ ਇੰਡੀਆ ਵੀ ਨਹੀਂ ਉਹ ਕਹਿੰਦੇ ਤੁਸੀਂ ਪੰਜਾਬ ਪੱਕੀ ਪ੍ਰੋ ਪੰਜਾਬ ਵੀ ਜਿਹੜੀ ਆ ਪੋਸਟ ਨਹੀਂ ਪਾਉਣੀ ਹੈਗੀ ਸੋ ਹੁਣ ਸ਼ੁਭ ਦੇ ਨਾਲ ਇਹ ਹੋਇਆ ਉਹ 22 ਸਾਲ ਦਾ ਨੌਜਵਾਨ ਸੀ ਬੱਚਾ ਬਸ ਆਪਾਂ ਇਹ ਵੀ ਨਹੀਂ ਕਵਾਂਗੇ ਬੱਚਾ ਕਿਉਂਕਿ ਚਲੋ ਠੀਕ ਹੈ ਉਹਨੇ ਸੂਝ ਪੂਝ ਦੇ ਨਾਲ ਪੋਸਟ ਪਾਈ ਹੈ ਏਡਾ ਵੱਡਾ ਮੁਕਾਮ ਹਾਸਲ ਕੀਤਾ ਸੋ ਉਹਨੂੰ ਪੂਰੀ ਗੱਲਬਾਤ ਦਾ ਪਤਾ ਹੋਣਾ ਜੇ ਉਹ ਪ੍ਰੇ ਫੋਰ ਪੰਜਾਬ ਕਹਿ ਰਿਹਾ ਤੇ ਉਹ ਮਾਰਚ ਦੀ ਪੁਰਾਣੀ ਪੋਸਟ ਚੱਕ ਕੇ ਤੇ ਹੁਣ ਸ਼ੇਅਰ ਕਰ ਦਿੱਤੀ ਤੇ ਕਹਿੰਦੇ ਜੀ ਲਓ ਜੀ ਬੰਬੇ ਚ ਅਸੀਂ ਇਹਦਾ ਸ਼ੋਅ ਕੈਨਸਲ ਕਰਾ ਦਿੱਤਾ ਉਤੋਂ ਟ੍ਰੋਲ ਕਰਨ ਵਾਲੇ ਪੇਜ ਬਣੇ ਹੋਏ ਨੇ ਦੀਪਨ ਮੈਂ ਤੁਹਾਨੂੰ ਦੱਸ ਦਵਾਂ ਫੇਸਬੁੱਕ ਦੇ ਉੱਤੇ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਜੋ ਪੇਡ ਨੇ ਹੁਣ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਤੁਸੀਂ ਕਹੋਗੇ ਤੂੰ ਕਿਵੇਂ ਕਹਿ ਸਕਦਾ ਹੁਣ ਮੈਂ ਇੰਗਲੈਂਡ ਦੇ ਵਿੱਚ ਬੈਠਾ ਬਰਮਿੰਗਮ ਦੇ ਵਿੱਚ ਬੈਠਾ ਹੋਇਆ ਤੇ ਮੈਨੂੰ ਉਹ ਪੇਜ ਕਿਸ ਤਰੀਕੇ ਨਾਲ ਸ਼ੋ ਹੋ ਰਿਹਾ ਕਿ ਜਿਹਦੇ ਵਿੱਚ ਕਿਹਾ ਜਾ ਰਿਹਾ ਲਓ ਜੀ ਸ਼ੁਭ ਦਾ ਕੈਰੀਅਰ ਖਤਮ ਕਰਤਾ ਸੀ ਸ਼ੁਭ ਨੇ ਹੈਕ ਕਰਤਾ ਸੀ ਅਸੀਂ ਉਹਨੂੰ ਹੈਕ ਕਰ ਦਿੱਤਾ ਹੁਣ ਐਦਾਂ ਹੋ ਗਿਆ ਸ਼ੁਭ ਵਗੈਰਾ ਵਗੈਰਾ ਹੁਣ ਤੁਸੀਂ ਦੇਖੋ ਉਹ ਪੇਜ ਚੱਲਦੇ ਆ ਭਾਰਤ ਤੋਂ ਉਹ ਮੈਨੂੰ ਇੱਥੇ ਬਰਮਿੰਗਮ ਦੇ ਵਿੱਚ ਕਿਸ ਤਰ੍ਹਾਂ ਸ਼ੋ ਹੋ ਸਕਦੇ ਆ ਹਾਲਾਂਕਿ ਮੈਨੂੰ ਨੀਅਰ ਬਾਏ ਸ਼ੋ ਹੋਣੇ ਚਾਹੀਦੇ ਆ ਜਿਹੜੇ ਯੂਕੇ ਦੇ ਨੇ ਜਾਂ ਫਿਰ ਕੋਈ ਹੋਰ ਹੈਗੇ ਆ ਅੱਛਾ ਜੇ ਮੇਰੀ ਬੋਲੀ ਦੇ ਆਧਾਰ ਤੇ ਕਹਿ ਲਉ ਤਾਂ ਉਹ ਪੰਜਾਬੀ ਆ ਫਿਰ ਮੈਨੂੰ ਪੰਜਾਬ ਦੇ ਸ਼ੋ ਹੋਣੇ ਚਾਹੀਦੇ ਆ ਸੋ ਪੇਡ ਪੇਜ ਟਰੋਲ ਕਰਨ ਵਾਲੇ ਪੇਜ ਜਿਹੜੇ ਨੇ ਉਹ ਬਣਾਏ ਗਏ ਨੇ ਉਹ ਤੁਸੀਂ ਦੇਖੋਗੇ ਨਾ ਤੇ ਇੱਕ ਇੱਕ ਪੋਸਟ ਜੇ ਪਾ ਦੇਣ ਉਹ ਤਾਂ ਉਹਦੇ ਥੱਲੇ 60-60 ਹਜ਼ਾਰ ਲਾਈਕ ਹੁੰਦੇ ਨੇ ਇੱਕ ਇੱਕ ਪੋਸਟ ਦੇ ਉੱਤੇ ਸੋ ਉਹ ਸਾਰਾ ਇਹੀ ਆ ਕਿ ਪੇਡ ਜਿਹੜੀ ਆ ਪੋਸਟ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹ ਜਦੋਂ ਸਰਕੂਲੇਟ ਹੁੰਦੀ ਵਰਲਡ 'ਚ ਜਿਹੜੇ ਉਚਾਣ ਵਾਲੇ ਹੁੰਦੇ ਉਹ ਲਾਈਕ ਕਰ ਦਿੰਦੇ ਆ ਤੇ 60 ਹਜ਼ਾਰ ਬੰਦਾ ਉਹ ਆ ਜਾਂਦਾ ਸੋ ਇਸ ਤਰੀਕੇ ਨਾਲ ਸ਼ੋਭ ਨੂੰ ਟਰੋਲ ਕੀਤਾ ਗਿਆ ਸ਼ੋਭ ਨੂੰ ਕਿਹਾ ਗਿਆ ਕਿ ਤੈਨੂੰ ਤਾਂ ਬਣਾਉਣ ਵਾਲੇ ਅਸੀਂ ਆ ਜੇ ਅਸੀਂ ਤੇਰੇ ਕੋਲੋਂ ਪਿੱਛੇ ਹੋ ਜਾਈਏ ਤੇਰੇ ਕੋਲੋਂ ਹੱਥ ਛੱਡਾ ਲਈਏ ਤਾਂ ਤੂੰ ਤਾਂ ਕੱਖ ਵੀ ਨਹੀਂ ਰਹਿਣਾ ਹੁਣ ਉਹਦਾ ਸਬੂਤ ਮੈਂ ਤੁਹਾਨੂੰ ਦੇਣ ਲੱਗਿਆ ਕਿ ਜਿਹੜੇ ਕਹਿੰਦੇ ਸੀ ਵੀ ਤੂੰ ਸਾਡੇ ਬਿਨਾ ਕੁਝ ਨਹੀਂ ਉਸ ਸ਼ੋਭ ਦਾ ਜਿਹੜਾ ਸ਼ੋ ਹੋਣ ਜਾ ਰਿਹਾ O2 ਬਰਮਿੰਗਮ ਇੱਕ ਐਡਾ ਏਦਾਂ ਦਾ ਕਾਨਸਰਟ ਹੈਗਾ ਕਾਨਸਰਟ ਹਾਲ ਹੈ ਜਿਹੜਾ ਜਿਹਦੇ ਵਿੱਚ ਆਪਾਂ ਇਹ ਕਹਿ ਲਈਏ ਰਿਹਾਨਾ ਮਾਈਕਲ ਜੈਕਸਨ ਜਾਂ ਹੋਰ ਜਿੰਨੇ ਵੱਡੇ ਸਟਾਰਾਂ ਦੇ ਤੁਸੀਂ ਨਾਮ ਲੈ ਲਓ ਉਹ ਉੱਥੇ ਪਰਫਾਰਮ ਕਰਕੇ ਗਏ ਹੋਏ ਨੇ ਕਰਦੇ ਵੀ ਨੇ O2 ਬਰਮਿੰਗਮ ਸੌਰੀ ਲੰਡਨ ਜਿਹੜਾ ਹੈਗਾ ਸੋ ਉੱਥੇ ਹੁਣ ਸ਼ੋਪ ਦਾ ਜਿਹੜਾ ਸ਼ੋ ਹੋਣ ਜਾ ਰਿਹਾ 29 ਅਕਤੂਬਰ ਨੂੰ ਤੇ ਉਹ ਸਾਰਾ ਸੋਲਡ ਆਊਟ ਹੋ ਚੁੱਕਿਆ ਹੁਣ ਮੈਂ ਉਹਨਾਂ ਟਰੋਲਰਾਂ ਨੂੰ ਟਰੋਲਰਾਂ ਨੂੰ ਪੁੱਛਦਾ ਹੈ ਜਿਹੜੇ ਟਰੋਲ ਕਰਦੇ ਫਿਰਦੇ ਆ ਕਿ ਕਿੱਥੇ ਗਈ ਭਾਈ ਤੁਹਾਡੀ ਟਰੋਲਿੰਗ ਤੁਸੀਂ ਹੁਣ ਕਰ ਲਿਆ ਸ਼ੁਭ ਦਾ ਕੈਰੀਅਰ ਖਤਮ ਤੁਸੀਂ ਹੁਣ ਉਹ ਖਤਮ ਕਰ ਦਿੱਤਾ ਕਿ ਹੁਣ ਸ਼ੁਭ ਗਾ ਨਹੀਂ ਸਕਦਾ ਜੇ ਤੁਸੀਂ ਨਹੀਂ ਸੁਣੋਗੇ ਤਾਂ ਫਿਰ ਆ ਹੋ ਜੂਗਾ ਫਿਰ ਉਹ ਹੋ ਜੂਗਾ ਅੱਛਾ ਹੁਣ ਨੈਕਸਟ ਜਿਹੜਾ ਉਹਦਾ ਸ਼ੋਅ ਹੈ ਉਹ 30 ਅਕਤੂਬਰ ਨੂੰ ਵਰਮਿੰਗਮ ਦੇ ਵਿੱਚ ਹੈ ਤੇ ਉੱਥੇ ਵੀ ਸੀਟਾਂ ਲਿਮਟਿਡ ਨੇ ਮਤਲਬ ਕਿ ਉਹ ਵੀ ਮੈਨੂੰ ਲੱਗਦਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਸੋਲਡ ਆਊਟ ਉਹ ਵੀ ਹੋ ਚੁੱਕਿਆ ਹੋਣਾ ਸੋ ਇਹ ਲੋਕਾਂ ਦੇ ਕਹਿੰਦੇ ਹੁੰਦੇ ਨਾ ਕਾਵਾਂ ਦੇ ਕਹਿਣ ਦੇ ਉੱਤੇ ਕਦੇ ਵੀ ਜਿਹੜੇ ਨੇ ਉਹ ਠੱਗੇ ਨਹੀਂ ਮਰਦੇ ਮਤਲਬ ਜੇ ਕਾ ਐਵੇਂ ਕਹੀ ਜਾਂ ਵੀ ਲੈ ਵੀ ਮੈਂ ਤਾਂ ਖਾਣਾ ਹੈ ਮੇਰਾ ਕੁਝ ਦਿਲ ਕਰਦਾ ਹੈ ਖਾਣ ਨੂੰ ਤੇ ਆ ਠੱਗਾ ਜਿਹੜਾ ਤੁਰਿਆ ਫਿਰਦਾ ਇਹ ਮਰ ਜਾਵੇ ਤੇ ਇਹਨੂੰ ਫਿਰ ਮੈਂ ਜਿਹੜੇ ਚੁੰਝਾ ਮਾਰ ਮਾਰ ਕੇ ਇਹਦੇ ਵਿੱਚੋਂ ਇਹਦਾ ਮਾਸ ਖਾਵਾਂ ਤੇ ਇਦਾਂ ਤਾਂ ਹੁੰਦਾ ਨਹੀਂ ਤੋ ਕਿਸੇ ਦੇ ਕੈਨ ਨਾਲ ਕੁਛ ਨਹੀਂ ਹੁੰਦਾ ਕਿਸੇ ਦਾ ਕੋਈ ਕੈਰੀਅਰ ਖਤਮ ਨਹੀਂ ਹੁਣ ਜੋ ਐਡਾ ਹੀ ਕੈਰੀਅਰ ਬਣਾਉਣਾ ਜੇ ਤੁਸੀਂ ਬਣਾਇਆ ਹੁੰਦਾ ਤਾਂ ਉਹ ਪੰਜਾਬ ਚ ਕਾਮਯਾਬਨਾ ਹੋ ਜਾਂਦਾ ਪੰਜਾਬ ਦੇ ਲੱਖਾਂ ਨੌਜਵਾਨ ਜਿਹੜੇ ਨੇ ਉਹ ਪੰਜਾਬ ਛੱਡ ਕੇ ਬਾਹਰ ਇਸੇ ਕਰਕੇ ਗਏ ਆ ਕਿ ਉੱਥੇ ਉਹਨਾਂ ਦੇ ਕੈਰੀਅਰ ਨਹੀਂ ਬਣੇ ਉਹ ਬਾਹਰ ਗਏ ਤੇ ਪਾਸ ਹੋ ਗਏ ਸਿੱਧੂ ਮੂਸੇਵਾਲਾ ਕੈਨੇਡਾ ਗਿਆ ਤੇ ਉਹ ਸਟਾਰ ਬਣ ਗਿਆ ਏਪੀ ਢਿੱਲੋਂ ਕੈਨੇਡਾ ਗਿਆ ਤੇ ਉਹ ਸਟਾਰ ਬਣ ਗਿਆ ਆ ਸ਼ੋਪ ਗਿਆ ਕੈਨੇਡਾ ਤੇ ਉਹ ਸਟਾਰ ਬਣ ਗਿਆ ਸੋ ਉਹਨਾਂ ਨੂੰ ਕੈਨੇਡਾ ਨੇ ਸਟਾਰ ਬਣਾਇਆ ਪੰਜਾਬੀਆਂ ਨੇ ਸਟਾਰ ਬਣਾਇਆ ਕਿ ਨਾ ਕਿ ਆ ਟਰੋਲ ਕਰਨ ਵਾਲੇ ਲੋਕਾਂ ਨੇ ਸੋ ਇਹ ਗੱਲ ਜਿਹੜੀ ਆ ਬਿਲਕੁਲ ਸਾਫ਼ ਹੋ ਚੁੱਕੀ ਆ ਇਹਨਾਂ ਕੀ ਮੈਂ ਕਹਿਣਾ ਚਾਹੁੰਦਾ ਇਹ